ਏ ਆਕਾਸ਼ਵਾਣੀ ਜੰਮੂ ਹੈ ਹੁਣ ਤੁਸ ਵਿਜੇ ਪਾਜਾਜ ਕੋਲ ਖਬਰਾਂ ਸੁਨੋ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਆਖਿਆ ਜਿ ਮਹਿਲਾਇਂ ਤੇ ਨੇਤ੍ਰਿਤਵ ਚ ਵਿਕਾਸ ਦਾ ਨਜ਼ਰੀਆ ਮਹਿਲਾਇਂ ਦੇ ਸਸ਼ਕਤੀਕਰਨ ਦਾ ਸਭਨੇਸ਼ਾ ਅਸਰਦਾਰ ਤਰੀਕਾ ਹੈ ਗਾਂਧੀਨਗਰ ਗੁਜਰਾਤ ਚ ਮਹਿਲਾ ਸਸ਼ਕਤੀਕਰਨ ਦੀ ਜੀ 20 ਮੰਤਰੀ ਸतरीय ਬੈਠਕ ਦੇ ਉਦਘਾਟਨ ਸੱਤਰ ਕੀ ਸੰਬੋਧਿਤ ਕਰਦੀ ਹੋਈ ਉਨੇ ਮਹਿਲਾਇਂ ਦੇ ਵਿਕਾਸ ਚ ਆਉਣ ਵਾਲੀ ਰੁਕਾਵਟਾਂ ਗੀ ਦੂਰ ਕਰਨੇ ਦਾ ਆਹਵਾਨ ਕੀਤਾ ਮੋਦੀਓ ਨੇ ਸਭਨੇ ਖੇਤਰਾਂ ਚ ਮਹਿਲਾਇਂ ਲਈ ਇੱਕ ਬਰਾਬਰ ਦੇ ਮੌਕੇ ਦੀ ਜ਼ਰੂਰਤ ਹੈ ਪਰਬਲ ਦਿੱਤਾ ਮਹਿਲਾਇਨ ਦੇ ਨੇਤ੍ਰਿਤਵ ਵਾਲੇ ਵਿਕਾਸ ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਕੀ ਪੱਕਾ ਕਰਦੀ ਹੋਈ ਸ਼੍ਰੀ ਮੋਦੀਓ ਨੇ ਆਖਿਆ ਜੇ ਮੁਦਰਾ ਯੋਜਨਾ ਦੇ ਤਹਿਤ 70 ਫੀਸਦੀ ਤਮਾ ਮਤੇ ਦਵਾਰ ਕਰਜੇ ਮਹਿਲਾਇਨ ਲਈ ਮਨਜ਼ੂਰ ਕੀਤੇ ਗੇ ਉਨ੍ਹਾਂ ਸ਼ਾਸਨ ਵਪਾਰ ਅੰਤਰਿਕਸ਼ ਤੇ ਟੈਕਨੋਲੋਜੀ ਤਮਾ ਲਈਏ ਠਿਆਰ ਬੰਦ ਪਲੇਂਦਾ ਕਰ ਸ਼ਰਮ ਬਲਜ ਮਹਿਲਾਇਨ ਦੀ ਪਾਗੀਦਾਰੀ ਬਦਾਨੇ ਦੀ ਵੀ ਗੱਲ ਕੀਤੀ ਹੈ ਕੇਂਦਰੀ ગૃહ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਜਾਣਕਾਰੀ ਦਿੱਤੀ ਹੈ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮ ਕਸ਼ਮੀਰ ਚ ਪਿਛਲੇ ਦੰਗ ਬਰੇਂਦਰਾਨ ਅਤੰਕਵਾਦੀ ਤੇ ਕੁਸਪੈੜ ਦੀਆਂ ਘਟਨਾਵਾਂ ਚ ਬੜੀ ਕਮੀ ਆਈ ਹੈ ਲੋਕ ਸਭਾ ਚ ਇੱਕ ਸਵਾਲ ਦੇ ਲਿਖੀਏ ਦਿੱਤੇ ਗਏ ਪਰਤੇ ਚ ਰਾਏ ਨੇ ਦੱਸਿਆ ਜੇ ਬਰੇ 2021 ਚ 129 ਅਤੰਕਵਾਦੀ ਘਟਨਾ ਪੇਸ਼ ਆਈਆਂ ਹੀਆਂ ਜਿਸ ਲਈ ਕੇ ਬਰੇ 2022 ਚ ਇਹ 125 ਤੱਕ ਰੁੱਝ ਗਈਆਂ ਤੇ ਇਸ ਬਰੇ ਦੇ ਜੂਨ ਮਹੀਨੇ ਤੱਕ ਛੜੀ 34 ਘਟਨਾਗੇ ਪੇਸ਼ ਆਈਆਂ ਉਨੇ ਦੱਸਿਆ ਕਿ ਕੁਸਪੈਡ ਤੀਆਂ ਚੋਤੀ ਘਟਨਾ ਬਰੇ 2021 ਚ ਪੇਸ਼ ਆਈਆਂ ਹੀਆਂ ਜਿਸ ਲਈ ਕਿ 2022 ਚ 14 ਤੇ ਇਸ ਬਾਰੇ ਅਜਿੰਤਰ ਕੋਈ ਵੀ ਕੁਸਪੈਡ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਈ ਦੀ ਹੈ ਕੇਂਦਰੀ ਮੰਤਰੀ ਉਹਨੀਆਂ ਕਿਹਾ ਕਿ ਸਰਕਾਰ ਐ ਅਤੰਕਵਾਦ ਦੀ ਬਿੰਦ ਵੀ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਅਪਣਾਈ ਦੀ ਹੈ ਤੇ ਜੰਮੂ ਕਸ਼ਮੀਰ ਚ ਸੁਰੱਖਿਆ ਸਥਿਤੀ ਟਕੋਦੇ ਤੋਰਾਂ ਪਰ ਬੜੀ ਬਿਹਤਰ ਹੋਈ ਹੈ ਉਹਨੇ ਦੱਸਿਆ ਜੇ ਅਤੰਕਵਾਦੀ ਘਟਨਾ ਐ ਤੇ ਇਨਸਾਗੀ ਘੱਟ ਕਰਨੇ ਲਈ ਲੋੜਛ ਦੇ ਤਰੀਕਾਕਾਰ ਅਪਣਾਏ ਗੇਨ ਜਿੰਦੇ ਚ ਅਤੰਕਵਾਦ ਰੋਧੀ ਅਭਿਆਨ ਆਤੰਕਵਾਦੀਆਂ ਦੀ ਮਦਦ ਕਰਨ ਵਾਲਿਆਂ ਦੀ ਪਛਾਣ ਕਰਨਾ ਤੇ ਸੰਗਠਨ ਥਮਾ ਬਾਹਰ ਰਹੀਏ ਆਤੰਕਵਾਦੀਆਂ ਲਈ ਕੰਮ ਕਰਨ ਵਾਲੇ ਓਵਰਗਰਾਉਂਡ ਵਰਕਰਾਂ ਦੀ ਗ੍ਰਿਫਤਾਰ ਕਰਨਾ ਮੁੱਖ ਤੌਰ ਪਰ ਸ਼ਾਮਲ ਹੈ ਕੇਂਦਰੀ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਰਾਜੀਵ ਚੰਦਰ ਸ਼ੇਖਰ ਹੋਰੇ ਆਖਿਆ ਹੈ ਜੇ ਦੂਰ ਸੰਚਾਰ ਦਾ ਖੇਤਰ ਡਿਜੀਟਲ ਅਰਥ ਵਿਵਸਥਾ ਦਾ ਵਿਸਤਾਰ ਕਰਨੇ ਤੇ ਬਰੇ 2026 ਤੱਕ 5 ਖਰਬ ਡਾਲਰਾਂ ਦੀ ਅਰਥ ਵਿਵਸਥਾ ਦੇ ਲਕਸ਼ ਗਿਆਸਲ ਕਰਨੇ ਚ ਬੜੀ ਵੱਡੀ ਭੂਮਿਕਾ ਨਿਭਾ ਕਰਦਾ ਹੈ ਅੱਜ ਵੱਡਲੇ ਨਵੀਂ ਦਿੱਲੀ ਚ ਮੀਡੀਆ ਕੀ ਜਾਣਕਾਰੀ ਦਿੰਦੇ ਹੋਏ ਉਹਨੇ ਦੱਸਿਆ ਜੇ ਭਾਰਤ ਚ ਵਪਾਰ ਕਾਰੋਬਾਰ ਦੇ ਤੌਰ ਤਰੀਕੇ ਕੀ ਸਖੱਲਾ ਬਣਾਉਣੇ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਂਦੀਆਂ ਤੇ ਸਰਕਾਰ ਕਈ ਸੁਧਾਰ ਕਾਰਜਕ੍ਰਮੇ ਕੀ ਵੀ ਲਾਗੂ ਕਰਾਰਤੀ ਹੈ ਅੱਜ ਦੇਸ਼ਤ ਮਾ ਮੋਬਾਈਲ ਫੋਨ ਨਰੇਯਾਤ ਕੀ ਤੇਜਾਰ ਦਿਨ ਉਹਨੇ ਦੱਸਿਆ ਜੇ ਐਨਡੀਏ ਸਰਕਾਰ ਚ ਸਥਿਰਤਾ ਹੈ ਸਕਾਰਾਤਮਕ ਵਿਚਾਰਨ ਤੇ ਨਿਵੇਸ਼ਕ ਦੇਸ਼ਾ ਚ ਬੜੀ ਤੇਜ਼ੀਆ ਕਨੇ ਰਾਸ਼ਪੂੰਜੀ ਲਾ ਕਰ ਦੇਨਾ ਕੇਂਦਰੀ ਕਪੜਾ ਮੰਤਰੀ ਪਿਊਸ਼ ਗੋਇਲੋ ਨੇ ਆਖਿਆ ਜੇ ਸਰਕਾਰ ਹੈ ਦੇਸ਼ਾ ਦੇ ਕਪੜਾ ਉਦਯੋਗ ਗੀ ਵਿਸ਼ਵਕ੍ਰਿਤ ਕਰਨ ਲਈ ਸਾਂਝੇਦਾਰੀ ਤੇ ਅੰਤਰਰਾਸ਼ਟਰੀ ਸਹਿਯੋਗ ਪ੍ਰਯੋਜਨਾਵਾਂ ਦੀ ਪਰਿਕਲਪਨਾ ਕੀਤੀ ਹੈ ਅੱਜ ਲੋਕ ਸਭਾ ਚ ਇੱਕ ਸਵਾਲਾ ਦੇ ਲਿਖੀਏ ਦਿੱਤੇ ਗਦੇ ਪਰਤੇ ਚ ਸ਼੍ਰੀ ਗੋਇਲੋ ਨੇ ਦੱਸਿਆ ਜੇ ਭਾਰਤ ਨੇ ਉਹਨੇ ਤੱਕਰ ਬੱਕਰੀ ਵਪਾਰੇ ਕਿ ਸਦਾਰੀ ਕਰਨਾ 13 ਮੁਕਤ ਵਪਾਰ ਸਮਝੌਤੇ ਤੇ 6 ਵਿਸ਼ੇਸ਼ ਵਪਾਰ ਸਮਝੌਤੇ ਉਪਰ ਦਸਖਤ ਕੀਤੇ ਨੇ ਉਨੇ ਆਖਿਆ ਕਿ ਸਰਕਾਰ ਕਪੜਾ ਉਦਯੋਗਾਸਤੇ ਉਤਪਾਦਨ ਕਰਨੇ ਜੁੜੀ ਦੀ ਪ੍ਰੋਤਸਾਹਨ ਯੋਜਨਾ ਕੀ ਮਨਜ਼ੂਰੀ ਦੇ ਦਿੱਤੀ ਹੈ ਇਹਦੇ ਲਈ ਪੰਜੇ ਮਹੀਨਿਆਂ ਦੀ ਅਵਧੀ ਚ 10683 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਉਨੇ ਦੱਸਿਆ ਕਿ ਸਰਕਾਰ ਆਲਮੀ ਸਤਾਦਾ ਬੁਨਿਆਦੀ ਟਾਂਚੇ ਕਰਨ ਪ੍ਰਧਾਨ ਮੰਤਰੀ ਵਿਸ਼ਾਲ ਏਕੀਕ੍ਰਿਤ ਖੇਤਰ ਤੇ ਪਰਿਧਾਨ ਪਾਰਕ ਦੀ ਸਥਾਪਨਾ ਕੀ ਵੀ ਮਨਜ਼ੂਰੀ ਦੇ ਦਿੱਤੀ ਦੀ ਹੈ ਸਰਕਾਰ ਆਖਿਆ ਜਿ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਤੇ ਉਥਾਨ ਮਹਾ ਅਭਿਆਨ ਪੀਐਮ ਕੁਸਮ ਯੋਜਨਾ ਰਾਏ ਲਗਭਗ 2,46,000 ਕਿਸਾਨਾਂ ਦੀ ਲਾ ਹਾਸਲ ਹੋਇਆ ਹੈ ਇਸ ਯੋਜਨਾ ਤਹਿਤ ਸੌਰ ਪੰਪਿੰਗ ਦੀ ਲਾ ਨੇ ਮੌਜੂਦਾ ਗ੍ਰਿਡ ਕਨੇ ਜੁੜੇ ਦੇ ਕ੍ਰਿਸ਼ੀ ਪੰਪਿੰਗ ਦੀ ਸੌਰ ਊਰਜਾ ਕਨੇ ਚਲਾਣੇ ਵਾਲਾ ਬਣਾਣੇ ਤੇ ਗ੍ਰਿਡ ਕਨੇ ਜੁੜੇ ਦੇ ਨਵੀਕਰਨੀ ਊਰਜਾ ਸੰਯੰਤਰਾਂ ਦੀ ਲਾਣੇ ਦਾ ਪ੍ਰਾਵਧਾਨ ਹੈ ਨਮੀ ਤੇ ਨਵੀਕਰਨੀ ਊਰਜਾ ਮੰਤਰੀ ਆਰ ਕੇ ਸਿੰਘ ਹੋਰੀ ਅੱਜ ਰਾਜ ਸਭਾ ਚ ਇੱਕ ਸਵਾਲ ਦੇ ਲਿਖੀਏ ਦਿੱਤੇ ਗਏ ਦੇ ਪਰਤੇ ਚ ਇਹ ਗੱਲ ਸਾਂਝੀ ਕੀਤੀ ਉਨੇ ਆਖਿਆ ਜੇ ਪੀਐਮ ਕੁਸਮ ਯੋਜਨਾ ਦੀ 31 ਮਾਰਚ 2026 ਤੱਕ ਵਧਾਈ ਦਿੱਤਾ ਗਿਆ ਹੈ ਜੰਮੂ ਦੇ ਪਗਵਤੀ ਨਗਰਾਲੇ ਆਧਾਰशिविर ਥਮਾ 984 ਸ਼ਰਦਾਲੂਆਂ ਦਾ 31ਵਾਂ ਜੱਥਾ ਅੱਜ ਸਖਤ ਸੁਰੱਖਿਆ ਬੰਦੋਬਸਤਾਂ ਇਠ ਨਨਵਨ ਪੈਲਗਾਮ ਤੇ ਬਲਟਾਲ ਲਈ ਰਵਾਨਾ ਹੋਇਆ ਇਹ ਜੱਥਾ 54 ਗੱਡੀਆਂ ਦੇ ਕਾਫਲੇ ਚ ਰਵਾਨਾ ਹੋਇਆ ਸਾਡੇ ਜ਼ਿਲ੍ਹਾ ਸੰਬੰਧਦਾਤਾ ਖੁਰਸ਼ੀਦ ਪਡਰੂ ਨੇ ਜਾਣਕਾਰੀ ਦਿੱਤੀ ਹੈ ਜੇ ਇਹ ਅਜਿੰਤਾ ਕਰਦਾ ਸਬਨੇ ਥਮਾ ਲੋਕਾ ਜੱਥਾ ਖ ਅੱਜ ਰਵਾਨਾ ਹੋਏ ਇਸ ਜੱਥੇ ਚ 498 ਸ਼ਰਦਾਲੂ ਨਨਵਨ ਤੇ 486 ਬਲਟਾਲ ਵਾਲੇ ਰਸਤੇ ਆ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਕਰਨਗੇ ਇੰਤੇਚੇ 782 ਮਰਦ 197 ਮਹਿਲਾ ਤੇ 37 ਸਾਧੂ ਸ਼ਾਮਿਲ ਹੇ ਚਲਾਰਦੀ ਸਰਨਾ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਤਹਿਤ ਕੱਲ 5542 ਸ਼ਰਧਾਲੂਆਂ ਨੇ ਪਵਿੱਤਰ ਗੁਫਾ 'ਚ ਮੱਥਾ ਟੇਕਿਆ ਅਜਿੰਦਕਰ 4 ਲੱਖ 3031 ਸ਼ਰਧਾਲੂ ਪਵਿੱਤਰ ਗੁਫਾ 'ਚ ਸ਼ਿਵੇਂ ਦੇ ਹਿਮਲਿੰਗਮ ਰੂਪ ਦੇ ਦਰਸ਼ਨ ਕਰ ਚੁੱਕੇ ਦਿਨ ਇਹ ਦੇ ਕੰਨੇ ਗੇ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋਇਆ